ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ ਤਾਰ। ਪਿਤਾ ਨੇ ਮਾਸੂਮ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ, ਗਲਾ ਘੁੱਟ ਕੇ ਲਈ ਜਾਨ। 3 ਮਹੀਨੇ ਪਹਿਲਾਂ ਵੀ ਮਾਰਨ ਦੀ ਕੀਤੀ ਸੀ ਕੋਸ਼ਿਸ਼। ਸੰਗਰੂਰ ਵਿਖੇ ਇੱਕ ਵਾਰ ਫਿਰ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਨੇ। ਪਿਤਾ ਵੱਲੋਂ ਆਪਣੇ 9 ਸਾਲਾ ਬੇਟੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੀ ਮਾਤਾ ਨੇ ਦੱਸਿਆ ਕਿ ਇਹ ਮੇਰੇ ਦੂਸਰੇ ਪਤੀ ਸਨ ਜੋ ਮੇਰੀ ਬੇਟੀ ਨੂੰ ਪਸੰਦ ਨਹੀਂ ਕਰਦੇ ਸੀ ਅਤੇ ਮੇਰੀ ਬੇਟੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੈਟਿੰਗ ਕਰਨ ਦੇ ਲਈ ਜਾਂਦੀ ਸੀ। ਕੱਲ ਵੀ ਜਦੋਂ ਸਕੈਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਬਾਰ ਬਾਰ ਫੋਨ ਕੀਤੇ ਅਤੇ ਉਸਨੂੰ ਘਰ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜਾ ਕੰਮ ਕਰ ਰਹੇ ਹਾਂ ਕਰਕੇ ਪਹੁੰਚਾਂਗੇ। ਪਰ ਜਦੋਂ ਘਰ ਪਹੁੰਚੇ ਤਾਂ ਮੇਰੇ ਪਤੀ ਨਾਲ ਮੈਨੂੰ ਫੋਨ ਆਇਆ ਕਿ ਬੇਟੀ ਦੀ ਤਬੀਅਤ ਖਰਾਬ ਹੈ। ਜਦੋਂ ਅਸੀਂ ਹਸਪੀਟਲ ਪਹੁੰਚੇ ਤਾਂ ਉਹਨਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਿਸ ਤੋਂ ਸਾਫ਼ ਦਿਖ ਰਿਹਾ ਕਿ ਮੇਰੇ ਪਤੀ ਵੱਲੋਂ ਹੀ ਉਸਦਾ ਗਲਾ ਘੁੱਟ ਕੇ ਉਸਦਾ ਕਤਲ ਕੀਤਾ ਗਿਆ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖ਼ਬਰ। ਮੇਰੇ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਕਰਕੇ ਨਹੀਂ ਆਏ, ਕਹਿੰਦੇ ਅਸੀਂ ਮਾਰਕੀਟ ਜਾ ਰਹੇ ਹਾਂ, ਇਹਨੂੰ ਪੀਜ਼ਾ ਵਗੈਰਾ ਖਵਾਊਂਗਾ ਅਤੇ ਜਮੈਟਰੀ ਦਿਵਾਉਣੀ ਹੈ। ਮੈਨੂੰ ਕਿਹਾ ਕੋਈ ਨਹੀਂ ਘਰ ਆ ਜਾਓ ਆਪਾਂ ਕੱਲ੍ਹ ਨੂੰ ਚੱਲਾਂਗੇ, ਕਹਿੰਦੇ ਨਹੀਂ ਮੈਂ ਜਾ ਰਿਹਾ। ਮੈਂ ਫਿਰ 8 ਵਜੇ ਫੋਨ ਕੀਤਾ, ਮੈਂ ਕਿਹਾ ਇੰਨੀ ਲੇਟ ਹੋ ਗਏ ਆਏ ਨਹੀਂ, ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਘੁੰਮ ਰਹੇ ਹਾਂ। ਫਿਰ ਮੈਂ 9:15 ਵਜੇ ਮੈਂ ਕਿਹਾ ਹੁਣ 9:15 ਵਜੇ ਆਏ ਨਹੀਂ ਹਲੇ, ਕਹਿੰਦੇ ਦੁੱਧ ਲੈ ਕੇ ਆ ਰਿਹਾ। ਫਿਰ 9 ਵਜੇ ਫੋਨ ਕੀਤਾ, ਕਹਿੰਦੇ ਤੂੰ ਛੇਤੀ ਨੀਚੇ ਆ, ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਮਾਨੀ ਨੂੰ ਕੀ ਹੋ ਗਿਆ। ਜਦੋਂ ਮੈਂ ਨੀਚੇ ਆਈ ਤਾਂ ਗੱਡੀ ਨਹੀਂ ਸੀ, ਮੈਂ ਦੁਬਾਰਾ ਫਿਰ ਫੋਨ ਕੀਤਾ ਅਤੇ ਜਦੋਂ ਮੈਂ ਆਈ ਨੀਚੇ ਤਾਂ ਮਾਨੀ ਬਿਲਕੁਲ ਬੁਰਾ ਹਾਲ, ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ। ਅਤੇ ਮੈਨੂੰ ਕਿਹਾ ਮਾਨੀ ਨੂੰ ਕੀ ਹੋ ਗਿਆ, ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ, ਹੁਣੀ ਹੁਣੀ ਪਤਾ ਨਹੀਂ, ਕਹਿੰਦੇ ਪੀਜ਼ਾ ਖਾ ਕੇ ਕੁਛ ਹੋ ਗਿਆ। ਬਸ ਫਿਰ ਉਸ ਤੋਂ ਬਾਅਦ ਅਸੀਂ ਹੋਸਪਿਟਲ ਲਿਆ, ਇਹਨੂੰ ਕੁਛ ਵੀ ਨਹੀਂ ਸੀ ਉਹਦੇ ਵਿੱਚ। ਹਾਂਜੀ, ਅੱਜ ਤੋਂ 2-2.5 ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਿਲਾਇਆ ਸੀ। ਤੁਸੀਂ ਸਕੂਲ ਵਾਲੇ ਨੂੰ ਪੁੱਛ ਸਕਦੇ ਹੋ, ਹੋਲੀ ਆਰਟ ਸਕੂਲ 'ਚ ਪੜ੍ਹਦੀ ਸੀ। ਬਸ ਉਦੋਂ ਐਂ ਲੱਗਿਆ ਵੀ ਗਲਤ ਫਹਿਮੀ ਹੋ ਰਹੀ ਹੈ। ਬਸ ਉਹ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ, ਸਾਡੀ ਪ੍ਰੀ ਮੈਰਿਜ ਹੋਈ ਹੈ ਅਤੇ ਕਹਿੰਦੇ ਸੀ ਵੀ ਇਸ ਗੁੜੀਆ ਨੂੰ ਨਹੀਂ ਰੱਖਣਾ, ਆਪਾਂ ਦੋਨੇ ਰਹਾਂਗੇ। ਕਿੰਨਾ ਟਾਈਮ ਪਹਿਲਾਂ ਮੈਰਿਜ ਹੋਈ? 1 ਸਾਲ ਹੋਇਆ। ਨਹੀਂ, ਕੱਲ੍ਹ ਰਾਤ ਇੱਕ ਡਾਕਟਰੀ ਰੁਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀ ਨਾਂ ਦੀ ਲੜਕੀ ਮੋਰਚਰੀ 'ਚ ਡੈਥ ਹੋ ਗਈ, ਉਹਦੀ ਮੋਰਚਰੀ 'ਚ। ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਪੁਲਿਸ ਪਾਰਟੀ ਸਮੇਤ, ਅਤੇ ਮਾਨਵੀ ਦੀ ਮਦਰ ਸਾਨੂੰ ਨੇਹਾ ਮਿਲੀ ਹੈ ਜੀ ਇੱਥੇ, ਉਹਨੇ ਸਟੇਟਮੈਂਟ ਲਿਖਾਈ। ਉਹਦੀ ਸਟੇਟਮੈਂਟ ਦੇ ਬਿਹਾਫ 'ਤੇ ਜਿਹੜਾ ਮਾਨਵੀ ਦਾ ਸੈਕਿੰਡ ਫਾਦਰ ਸੀਗਾ ਸੰਦੀਪ ਗੋਇਲ, ਉਹਦੇ 'ਤੇ ਅਸੀਂ 103 BNS ਤਹਿਤ ਮੁਕੱਦਮਾ ਦਰਜ ਕੀਤਾ ਅਤੇ ਤਫਤੀਸ਼ ਅਮਲ 'ਚ ਲਿਆ ਰਹੇ ਹਾਂ। ਹੁਣ ਪੋਸਟਮਾਰਟਮ ਹੋ ਰਿਹਾ, ਡਾਕਟਰੀ ਬੋਰਡ ਬੈਠਾ ਡਾਕਟਰਸ ਦਾ, ਅਤੇ ਮੌਤ ਦੇ ਸਹੀ ਕਾਰਨਾਂ ਦਾ ਬਾਅਦ 'ਚ ਪਤਾ ਲੱਗੂਗਾ। ਲੜਕੀ ਦੀ ਕਿੰਨੀ ਉਮਰ ਹੈ ਜੀ? ਕਰੀਬ 8-9 ਸਾਲ ਦੱਸਦੇ ਨੇ ਜੀ। ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ, ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਘੁੱਟ ਕੇ ਜਾਂ ਕੁਛ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੀ ਨੂੰ, ਉਹਦੇ ਬਿਆਨਾਂ ਦੇ ਤਹਿਤ 103 BNS ਦਾ ਮੁਕੱਦਮਾ। ਹਾਲੇ ਤਫਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ। ਨਹੀਂ ਜੀ, ਨਹੀਂ ਅਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ, ਤਫਤੀਸ਼ ਚੱਲ ਰਹੀ ਹੈ, ਜਲਦ ਤੋਂ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਸੰਗਰੂਰ ਤੋਂ ਹਰ ਕਮਲ ਸਿੰਘ ਹੈਪੀ ਦੀ ਵਿਸ਼ੇਸ਼ ਰਿਪੋਰਟ।